ਬੀਤੀ ਸ਼ਾਮ ਬਰਨਾਲਾ ਲੁਧਿਆਣਾ ਰੋਡ ਤੇ ਪੈਂਦੇ ਪਿੰਡ ਸੰਘੇੜਾ ਦੇ ਕੋਲ ਦੋ ਕਾਰਾਂ ਦੇ ਵਿਚਕਾਰ ਆਮੋ ਸਾਹਮਣੇ ਤੋਂ ਭਿਆਨਕ ਟੱਕਰ ਹੋਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋ ਰਿਹਾ ਹੈ। ਇਸ ਹਾਦਸੇ ਵਿੱਚ ਇੱਕ ਬੱਚੇ ਸਮੇਤ 6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਦੇ ਪਰਖੱਛੇ ਉੱਡ ਗਏ। ਇਸ ਮੌਕੇ ਤੇ ਮੌਜੂਦ ਰਾਹਗੀਰ ਨੇ ਦੱਸਿਆ ਕਿ ਟੱਕਰ ਇੰਨੀ ਭਿਆਨਕ ਸੀ ਕਿ ਉਹਨਾਂ ਨੂੰ ਡਰਾਈਵਰ ਨੂੰ ਕਾਰ ਵਿੱਚੋਂ ਬਾਹਰ ਕੱਢਣ ਲਈ 1.5 ਘੰਟੇ ਤੱਕ ਕੜੀ ਮੁਸ਼ਕਤ ਕਰਨੀ ਪਈ। ਉਹਨਾਂ ਨੇ ਦੱਸਿਆ ਕਿ ਜਿੱਥੇ ਪੁਲਿਸ ਵੱਲੋਂ ਉਹਨਾਂ ਦੀ ਪੂਰੀ ਸਹਾਇਤਾ ਕੀਤੀ ਗਈ, ਪਰ ਉੱਥੇ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਜਾਂ ਇੰਤਜ਼ਾਮ ਨਹੀਂ ਕੀਤਾ ਗਿਆ। ਇਹ ਜੀ ਮਾਦਰ ਟੀਚਰ ਸਕੂਲ ਆ ਜਿਹੜਾ ਬਠਿੰਡਾ ਰੋਡ 'ਤੇ, ਉਹਦੇ ਬਿਲਕੁਲ ਸਾਹਮਣੇ ਹੋਇਆ ਗਾ। ਗੱਡੀ ਇਨੋਵਾ ਦੱਸ ਰਹੇ ਨੇ, ਹੁਣ ਤਾਂ ਜਾਣੀ ਆਪਾਂ ਨੂੰ ਕਲੀਅਰ ਪਤਾ ਨਹੀਂ ਹੈ। ਜਿਹੜੀ ਬੰਦੇ ਦੀ ਉਮਰ ਆ ਉਹ ਕਰੀਬ 55 ਸਾਲ ਦੇ ਕਰੀਬ ਆ, ਗਰੀਬ ਪਰਿਵਾਰ ਆ ਗਾ। ਇਹ ਭਾਂਡਿਆਂ ਵਾਲੀ ਫੈਕਟਰੀ 'ਚੋਂ ਆ ਰਿਹਾ ਸੀ, ਸਾਈਕਲ 'ਤੇ ਸਵਾਰ ਸੀ ਜੀ, ਸਾਈਕਲ 'ਤੇ ਡੇਲੀ ਜਾਂਦਾ ਹੁੰਦਾ ਗਾ। ਉਹ ਜੀ ਸਾਨੂੰ ਤਾਂ ਫੋਨ ਗਿਆ ਗਾ, ਸਾਈਕਲ ਦੇਖਿਆ 20 ਕਰਮਾ ਚੱਕਿਆ ਵਾ ਬੰਦਾ, 20 ਕਰਮਾ ਗੱਡੀ ਮਗਰੋਂ ਵੱਜੀ ਆ, ਜਾ ਕੇ 20 ਕਰਮਾ 'ਤੇ ਬੰਦਾ ਸਿੱਖਿਆ ਵਾ, ਹਾਲਾਤ ਹੀ ਡੈੱਡ ਹੋ ਗਿਆ, ਬੰਦਾ ਮੌਕੇ 'ਤੇ ਡੈੱਡ ਹੋ ਗਿਆ। ਗੱਡੀ ਵਾਲਾ ਭੱਜ ਗਿਆ। ਗੱਡੀ ਵਾਲਾ ਐਂ ਦੱਸ ਰਿਹਾ ਵੀ ਤਪੇ ਜਾ ਕੇ ਵੀ ਉਹਨੇ ਕੋਈ ਵਿੱਚ ਮਾਰੀ ਆ ਕਿਸੇ 'ਤੇ, ਆ ਹੁਣ ਅਜੇ ਹੁਣੀ ਖਬਰ ਮਿਲੀ ਆਪਾਂ ਨੂੰ। ਸਰ ਜ਼ਖਮੀ ਦਾ ਦੋਨਾਂ ਗੱਡੀਆਂ 'ਚ ਇੱਕ ਤਕਰੀਬਨ 4-5 ਜਾਣੇ ਜ਼ਖਮੀ ਹੋਏ ਆ, ਅਤੇ ਕਾਫੀ ਤਕਰੀਬਨ 1.5 ਘੰਟਾ ਦੀ ਮੁਸ਼ਕਤ ਨਾਲ ਜਿਹੜਾ ਡਰਾਈਵਰ ਆ ਗੱਡੀ ਦਾ i10 ਦਾ, ਇਹਦਾ ਤਕਰੀਬਨ 1.5 ਘੰਟਾ ਲੱਗ ਗਿਆ ਜਿਹਨੂੰ ਡਰਾਈਵਰ ਨੂੰ ਕੱਢਣ ਨੂੰ, ਲੱਤਾਂ ਉਹਦੀਆਂ ਟੁੱਟੀਆਂ ਹੋਈਆਂ ਸੀ ਇੰਜਣ ਦੇ ਵਿੱਚ। ਪਰ ਇੱਥੇ ਪੁਲਿਸ ਮੁਲਾਜ਼ਮਾਂ ਨੇ ਆਪਦੇ ਤੌਰ 'ਤੇ ਤਾਂ ਬਹੁਤ ਸਹਿਯੋਗ ਕੀਤਾ, ਪਰ ਜੇ ਕਹੀਏ ਪ੍ਰਸ਼ਾਸਨ ਵੱਲੋਂ ਕੋਈ ਲੋਕਾਂ ਨੇ ਖਿੱਚ ਜਿਗਾੜ ਕਰਕੇ ਹੀ ਕੱਢਿਆ, ਪਰ ਪ੍ਰਸ਼ਾਸਨ ਦਾ ਕੋਈ ਵਧੀਆ ਤਰੀਕਾ ਨਹੀਂ ਜਿੱਥੇ ਕੱਢਣ ਦਾ। ਪੁਲਿਸ ਮੁਲਾਜ਼ਮਾਂ ਨੇ ਆਪਦੇ ਤੌਰ 'ਤੇ ਬਹੁਤ ਕੀਤੀ, ਹਥੌੜਾ ਵੀ ਚਲਾਇਆ, ਉਹ ਵੀ ਕਰਿਆ, ਪਰ ਪ੍ਰਸ਼ਾਸਨ ਦਾ ਕੋਈ ਜ਼ਿਆਦਾ ਵਧੀਆ ਤਰੀਕਾ ਨਹੀਂ ਸੀ ਇੱਥੇ ਉਗਾਰਨ ਦਾ ਜੀ। ਹਾਂਜੀ, ਇਹ ਸਰ ਸਾਨੂੰ ਕਾਲ ਆਈ ਸੀ 6:00 ਵਜੇ, ਅਤੇ ਸੰਘੇੜੇ ਹੋਏ ਜੀ ਐਕਸੀਡੈਂਟ, ਇਹ ਸੰਘੇੜੇ ਪੰਪ ਦੇ ਕੋਲ ਦੋ ਗੱਡੀਆਂ ਆਮ ਸਾਹਮਣੇ ਟੱਕਰ ਦੇ ਵਿੱਚ 6-7 ਪੇਸ਼ੈਂਟ ਦੇ ਹੋਏ। ਉਹਦੇ ਵਿੱਚ ਸਾਨੂੰ 1 'ਤੇ ਕਾਲ ਆਈ, ਬਰਨਾਲੇ ਵਾਲੀ ਗੱਡੀ ਆਈ, ਬਰਨਾਲੇ ਵਾਲੀ ਗੱਡੀ ਆਈ, ਅਤੇ ਬਰਨਾਲੇ ਅਤੇ ਮਹਿਲਕਣਾ ਵਾਲੀ ਗੱਡੀ, ਦੋਨੇ ਗੱਡੀਆਂ ਤੋਂ ਲੈ ਕੇ ਆਏ ਪੇਸ਼ੈਂਟ ਜੀ। ਇਹਦੇ ਵਿੱਚ 5-6 ਪੇਸ਼ੈਂਟ ਜੀ, ਸਾਡਾ ਕਾਫੀ 3 ਜਣੇ ਦੇ ਗੰਭੀਰ ਨੇ, 2 ਜਣੇ ਦੇ ਪੱਟ ਫ੍ਰੈਕਚਰ। ਹਾਂਜੀ, ਅਤੇ 3 ਜਣੇ ਰੈਫਰ ਕਰ ਰਹੇ ਨੇ ਸਿਵਲ ਹਸਪਤਾਲ ਬਰਨਾਲੇ ਲੈ ਕੇ ਆਉਂਦੇ ਪੇਸ਼ੈਂਟ। ਐਕਚੁਲੀ ਸਰ ਇੱਥੋਂ 108 ਤੋਂ ਫੋਨ ਆਇਆ ਸਾਨੂੰ ਵੀ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ। ਅਸੀਂ ਉਸੇ ਟਾਈਮ ਆਪਣੀ ਗੱਡੀ ਸਟਾਰਟ ਕੀਤੀ ਚਲੇ ਗਏ, ਅਤੇ ਉੱਥੇ ਅਸੀਂ ਜਾ ਕੇ ਦੇਖਿਆ ਤਾਂ ਉੱਥੇ ਕਾਫੀ ਹੀ ਮਤਲਬ ਕਿ ਦੋ ਗੱਡੀਆਂ, ਇੱਕ ਰਾਏਕੋਟ ਤੋਂ ਆ ਰਹੀ ਸੀ, ਇੱਕ ਆਪਣੇ ਇੱਧਰੋਂ ਬਰਨਾਲੇ ਤੋਂ ਜਾ ਰਹੀ ਸੀ ਗੱਡੀ, ਅਤੇ ਆਪਸ 'ਚ ਭਿੜ ਗਈਆਂ। ਇੱਕ ਟਰਾਲਾ ਬਿਲਕੁਲ ਨਾਲ ਖੜ੍ਹਾ ਸੀਗਾ, ਉਹ ਵੀ ਉਹਨਾਂ ਨਾਲ ਅਟੈਚ ਹੋ ਗਿਆ, ਅਤੇ ਪੇਸ਼ੈਂਟ ਕਾਫੀ ਗੰਭੀਰ ਸੀ। ਇੱਕ ਦਾ ਮਲਕੀਤ ਕੌਰ, ਉਹਨਾਂ ਦਾ ਪੱਟ ਮਤਲਬ ਟੁੱਟ ਗਿਆ ਉਹਨਾਂ ਦਾ, ਅਤੇ ਇੱਕ ਆਪਣੇ ਨਾਲ ਉਹਨਾਂ ਲੇਡੀ ਸੀ ਸਿਆਲੀ ਲੁਧਿਆਣੇ ਤੋਂ, ਉਹਨਾਂ ਦੀ ਵੀ ਰਾਈਟ ਆਰਮ ਫ੍ਰੈਕਚਰ ਹੋ ਚੁੱਕੀ ਹੈ, ਅਤੇ 3 ਪੇਸ਼ੈਂਟ ਉਹਨਾਂ ਰੈਫਰ ਕੀਤੇ ਆ। ਟੋਟਲ ਪੇਸ਼ੈਂਟ ਇਹ ਘੱਟੋ ਘੱਟ 7 ਪੇਸ਼ੈਂਟ ਹੋਣਗੇ, ਇੱਕ ਬੇਬੀ ਛੋਟਾ, ਬੇਬੀ ਸੇਫ ਹੈ, ਅਤੇ ਬਾਕੀ ਪੇਸ਼ੈਂਟ ਸਟੇਬਲ ਨੇ। ਅਸੀਂ ਪਹੁੰਚੇ ਸਰ, ਬਹੁਤ ਹੀ ਜ਼ਿਆਦਾ ਭਿਆਨਕ ਹਾਲਾਤ ਸੀਗੇ, ਅਤੇ ਇੱਕ ਬੰਦਾ ਉਹਨਾਂ ਨੇ ਬੜੀ ਮੁਸ਼ਕਿਲ ਨਾਲ ਕੱਢਿਆ i10 ਚੋਂ, ਅਤੇ ਉਹ ਸਾਡੇ 'ਚ ਬਾਅਦ ਲੈ ਕੇ ਆਏ ਆ, ਸਾਡੇ 4 ਪੇਸ਼ੈਂਟ ਸੇਫ ਲੈ ਗਏ। ਕਾਰਨ ਸਰ ਇੱਦਾਂ ਓਵਰਟੇਕ ਕਰ ਰਹੇ ਸੀ, ਜਿਹੜੇ ਆਪਣੇ i10 ਵਾਲੇ ਸੀਗੇ, ਓਵਰਟੇਕ ਕਰ ਰਹੇ ਸੀ, ਕਾਫੀ ਸਪੀਡ ਸੀ ਉਹਨਾਂ ਦੀ, ਇਸ ਕਰਕੇ ਉਹਨਾਂ ਦਾ ਐਕਸੀਡੈਂਟ ਹੋਇਆ। ਇਸ ਮੌਕੇ ਤੇ ਜਾਂਚ ਅਧਿਕਾਰ ਨੇ ਦੱਸਿਆ ਕਿ ਦੋਵੇਂ ਗੱਡੀਆਂ ਦੀ ਟੱਕਰ ਇੰਨੀ ਭਿਆਨਕ ਸੀ ਕਿ ਗੰਭੀਰ ਜ਼ਖਮੀ ਹੋਏ ਵਿਅਕਤੀਆਂ ਨੂੰ, ਜਿਨ੍ਹਾਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ, ਉਹਨਾਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਹਨਾਂ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ, ਅਤੇ ਬਾਕੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਾਨਸਾ ਰੈਫਰ ਕੀਤਾ ਗਿਆ ਹੈ। ਇਹ ਸੰਘੇੜਾ ਵਿਖੇ ਰਿਲਾਇੰਸ ਪੰਪ ਦੇ ਕੋਲ ਐਕਸੀਡੈਂਟ ਹੋਇਆ। ਇੱਕ i10 ਗੱਡੀ ਰਾਮਪੁਰੇ ਤੋਂ ਲੁਧਿਆਣਾ ਨੂੰ ਜਾ ਰਹੀ ਸੀ, ਜਿਹਦੇ ਵਿੱਚ ਮੀਆਂ ਬੀਵੀ ਸਵਾਰ ਸੀ, ਇੱਕ ਬੱਚਾ ਸੀ ਛੋਟਾ ਜਿਹਾ 6-7 ਮਹੀਨਿਆਂ ਦਾ। ਇੱਕ ਵਰੀਜਾ ਗੱਡੀ ਲੁਧਿਆਣੇ ਤੋਂ ਲੁਧਿਆਣੇ ਨੂੰ ਆਪਣੇ ਵਾਪਸ ਪਿੰਡ ਨੂੰ ਜਾ ਰਹੀ ਸੀ ਹਰਿਆਣੇ 'ਚ, ਜਿਹਦੇ ਵਿੱਚ 4 ਸਵਾਰੀਆਂ ਸਵਾਰ ਸੀ। ਉਹ ਦਵਾਈ ਲੈ ਕੇ ਆਏ ਸੀ, ਅਚਾਨਕ ਓਵਰਟੇਕਿੰਗ ਹੋਣ ਕਾਰਨ ਐਕਸੀਡੈਂਟ ਹੋਇਆ, ਜਿਹਦੇ ਵਿੱਚ i10 ਚਾਲਕ ਅਤੇ ਉਹਦੇ ਨਾਲ ਬੈਠੀ ਮਿਸ ਔਰ ਉਹਨਾਂ ਦਾ ਬੇਬੀ 6-7 ਮਹੀਨਾ ਇੰਜਣ ਨੇ। ਜਿਹੜੀ ਬਰੀਜਾ ਗੱਡੀ ਹੈ ਉਹਦੇ ਵਿੱਚ ਇੱਕ ਗੱਡੀ ਦਾ ਚਾਲਕ ਡਰਾਈਵਰ ਹਰਪ੍ਰੀਤ ਸਿੰਘ ਅਤੇ ਔਰ ਉਹਦੀ ਮਾਤਾ ਮਲਕੀਤ ਕੌਰ ਇੰਜਣ ਦੇ ਦਿੰਦੇ। ਹਾਲਾਤ ਇੰਜਣ ਨੇ ਠੀਕ ਨੇ, ਰੈਫਰ ਕਰਤੇ ਨੇ, ਹੁਣ ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ, ਉਹਨਾਂ ਨੂੰ ਸਿਵਲ ਹੋਸਪਿਟਲ ਦਾਖਲ ਕਰਾਤਾ ਅਤੇ ਟ੍ਰੀਟਮੈਂਟ ਚੱਲਦਾ। ਜਿਹੜੇ i10 ਵਾਲੇ ਡਰਾਈਵਰ ਅਤੇ ਚਾਲਕ ਅਤੇ ਉਹਦੀ ਮਿਸ ਅਤੇ ਬੇਬੀ ਉਹ ਰੈਫਰ ਕਰਤੇ ਆ ਲੁਧਿਆਣਾ ਦੇ, ਅਤੇ ਦੂਸਰਾ ਇੱਕ ਜਿਹੜਾ ਬ੍ਰੀਜਾ ਦੇ ਇੰਜਣ ਸੀ ਉਹ ਮਾਨਸਾ ਦੇ ਰੈਫਰ ਕਰਤੇ ਨੇ।
ਰੈਫਰ ਕਰਤੇ ਨੇ, ਉਹਨਾਂ ਦਾ ਟ੍ਰੀਟਮੈਂਟ ਚੱਲਦਾ, ਅੱਗੇ ਕਾਰਵਾਈ ਕਰਦੇ ਹਾਂ, ਦੇਖ ਰਹੇ ਹਾਂ। ਗੱਡੀਆਂ ਦੇ ਹਾਲਾਤ ਨਾਜ਼ੁਕ ਨੇ, ਕਾਫੀ ਜ਼ਿਆਦਾ ਜ਼ੋਰਦਾਰ ਐਕਸੀਡੈਂਟ ਹੋਇਆ, ਕਾਫੀ ਬਹੁਤ ਵੱਡੀ ਦੁਰਘਟਨਾ, ਕੋਈ ਪਰਮਾਤਮਾ ਨੇ ਰੱਖ ਲਏ, ਇੰਜਰੀ ਹੋਇਆ, ਕੋਈ ਕੈਜੁਅਲਟੀ ਨਹੀਂ ਹੈ। ਕਾਨੂੰਨੀ ਕਾਰਵਾਈ ਹਾਲੇ ਫਿਲਹਾਲ ਦੇਖਦੇ ਹਾਂ, ਕਰਦੇ ਹਾਂ ਕੋਈ ਕਾਰਵਾਈ, ਕਿਸੇ ਦਾ ਬਿਆਨ ਵਗੈਰਾ ਲਿਖ ਕੇ ਅਤੇ ਕਿਸੇ ਦਾ ਕਰਦੇ ਹਾਂ ਕਾਰਵਾਈ ਦੋਨਾਂ ਦੀ। A1 ਪੰਜਾਬੀ ਟੀਵੀ ਲਈ ਬਰਨਾਲਾ ਤੋਂ ਰਜੇਸ਼ ਕੁਮਾਰ ਦੀ ਰਿਪੋਰਟ।